ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿਰਾ ਸਾਹਿਬ, ਸਲੋਕ ਮਹੱਲਾ ਪਹਿਲਾ। ਦੁਖਦਾਰੂ ਸੁਖ ਰੋਗ ਭਇਆ, ਜਾਂ ਸੁਖਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਂ ਹੂੰ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਕਲਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿੱਧ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਣਾ ਸੋ ਕਰ ਰਿਹਾ। ਸੋਦਰ ਰਾਗ ਆਸਾ ਮਹਿਲਾ ਪਹਿਲਾ, ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਸੋਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਨੇਕ ਸੰਖਾਂ, ਕੀਤੇ ਤੇਰੇ ਬਾਵਣ ਹਾਰੇ। ਕੀਤੇ ਤੇਰੇ ਰਾਗ ਪ੍ਰੀ ਸਿਉ ਕਈ ਹੈ, ਕੀਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ ਇੰਦਰਾਸਣ, ਬੈਠੇ ਦੇਵਤਿਆਂ ਦਰਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਦਨੋ ਮੋਹਣੀਆਂ, ਮਨਮੋਹਨ ਸੁਰਗ ਮੱਚ ਪਿਆਲੇ। ਗਾਵਨ ਤੁਦਨੋ ਰਤਨੋ ਪਾਏ, ਤੇਰੇ 68 ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸਹੀ ਤੁਦਨੋ ਗਾਵਨ, ਜੋ ਤੁਦ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਵੀ ਹੋਸੀ ਜਾਇ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਪਾਈ। ਕਰ ਕਰ ਦੇਖੈ ਕੀਤਾ ਆਪਣਾ, ਜੋਤਿਸ ਦੀ ਵਡਿਆਈ। ਜੋਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੋ ਸਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹਿਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ। ਕੇਵੜ ਵੱਡਾ ਡਿੱਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੇ ਤੇਰਾ ਕੀਤਾ, ਕੇਵੜ ਚੀਰਾ ਰਖਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗ੍ਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦਵਿਣ ਸਿੱਧੀ ਕਿਨੈ ਨਾ ਪਾਈਆਂ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੈ ਕਹਿ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹਿਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉਂ। ਆਖਣ ਔਖਾ ਸੱਚਾ ਨਾਉਂ, ਸੱਚ ਨਾਮ ਕੀ ਲਾਗੈ ਭੂਖ। ਉਦਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸੱਚ ਨਾਇ ਰਹਾਉ। ਸੱਚ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀਮਤ ਨਹੀਂ ਪਾਈ। ਜਿਸ ਮਿਲ ਕੇ ਆਖਣ ਪਾਹੇ, ਵਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹਿ ਨ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ।
ਜੇਵੜਿਆ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਕਸਮ ਵਿਸਾਰੇ ਤੇ ਕਮਜਾਤ, ਨਾਨਕ ਨਾਵੈ ਬਾਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋਂ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਅਮਰੀ ਰਹਿ ਰਾਸ ਰਹਾਉ। ਹਰ ਜਨ ਕੇਵੜ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ 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 ਰਸ ਨਾਮ ਨ ਪਾਇਆ, ਤੇ ਭਾਗਹੀਣ ਜੰਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇਮਨ ਚਿਤ ਵੈ ਉਦਮ, ਜਾਂ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮੈਂ ਜੰਤੂ ਪਾਏ, ਤਾਂ ਕਰਜ ਕਾਗੇ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੈ ਸੁਤਰਿਆ, ਗੁਰਪ੍ਰਸਾਦ ਪਰਮਪਦ ਪਾਇਆ, ਸੂਕੇ ਕਾਸ਼ਟ ਹਰਿਆ ਰਖਾਓ। ਜਨਨ ਪਿਤਾ ਲੋਕ ਸੁਧ ਬਨਤਾ, ਕੋਈ ਨ ਕਿਸਕੀ ਧਰਿਆ। ਸਿਰ ਸਿਰ ਰਿਚਕ ਸੰਭਾਹੀ, ਠਾਕੁਰ ਕਾਹੀ ਮਨ ਭੋ ਕਰਿਆ। ਉਡੇ ਉਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛੜਿਆ। ਤਿਨ ਕਵਣ ਖਲਾਵੈ ਕਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰਤਲ ਧਰਿਆ। ਜਿਨ ਨਾਨਕ ਬਲਬਲ ਸਦਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾਗਮ ਪਾਰਾ। ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਕਟਕੜੇ ਅੰਤਰ ਸਰਵ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੀ ਚੋਚ ਵਿੜਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤਦ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੀਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮਕੀ ਫਾਂਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ, ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਿਨ ਨਾਨਕ ਤਿਨ ਬਲਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬਿਨਤ ਬਿਨਤਾ। ਤੇਰੀ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਤੇਰੀ ਅਨੇਕ ਕਰੈ ਹਰ ਪੂਜਾ ਜੀ, ਤਪਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜੈ ਬੋ ਸਿਮਰ ਸਾਸਤ ਜੀ, ਕਰ ਕਿਰਿਆ ਕਟ ਕਰਮ ਕਰੰਤਾ। ਸੇ ਭਗਤ ਭਲੀ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰਣ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ, ਵਰਤੈ ਜੀ ਤੂੰ ਆਪੇ ਕਰੈ ਸੁਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸ੍ਰਿਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭ ਨੇ ਧਿਆਇਆ। ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ।
ਗੁਰਮੁਖ ਲਾਧਾ ਮਨੁ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਉਂਦਰਿਆ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜਨ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾਏ ਸੋਈ ਜਨ ਜਾਣੈ, ਹਰ ਗੁਣ ਸਦਹੀ ਆਕ ਵਖਾਣੈ। ਜਿਨ ਹਰਿ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ, ਤੁਦ ਬਿਨ ਦੂਜਾ ਵਰਣ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਿਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਿਲਾ ਪਹਿਲਾ, ਤਿਤ ਸਰਵਰੜੈ ਪਹਿਲੇ ਨਿਵਾਸਾ। ਪਾਣੀ ਪਾਵਕ ਤਿਨੈ ਕਿਆ, ਪੰਕਜ ਮੋਹ ਪਗਨੀ ਚਾਲੈ। ਹਮ ਦੇਖਾਂ ਤੈ ਡੂਬੀਅਲੇ, ਮਨ ਏਕ ਨ ਚੇਤ ਸਮੂੜ ਮਨਾ। ਹਰ ਬਿਸਰਤ ਤੇਰੇ ਗੁਣ ਗੱਲਿਆ, ਰਹਾਉ ਨਾਹੂ ਜਤੀ ਸਤੀ ਨੀ ਪੜਿਆ। ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ। ਜਿਨ ਤੋਂ ਨਾਹੀ ਵਿਸਰਿਆ, ਆਸਾ ਮਹਿਲਾ ਪੰਜਵਾਂ। ਪਈ ਪ੍ਰਾਪਤ ਮਾਨੁਕ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਪਜ ਕੀਵਲ ਨਾਮ। ਸਰੰਜਾਮ ਲਾਗ ਭੋਜਲ ਤ੍ਰਿਣ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਉ ਨਾਨਕ ਮਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਕਬਿਉ ਬਾਜ ਬੇਨਤੀ ਚੋ ਪਈ, ਹਮਰੀ ਕਰੋ ਹਾਥ ਦੇ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਬੈ ਤੁਮ ਘਾਵਹੋ। ਆਪ ਹਾਥ ਦੇ ਮੋਹਿ ਬਚਾਵੋ, ਸੁਖੀ ਵਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਵੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ। ਸਭ ਵੈਰਨ ਕੋ ਆਸ ਸੰਗਰੀਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾਡ ਕੋਈ ਅਵਰਨ ਤਿਆਉ। ਜੋ ਬਰ ਚਹੂੰ ਸੋ ਤੁਮ ਤੇ ਪਾਉ। ਸੇਵਕ ਸਿੱਖਾ ਮਾਰੇ ਤਾਰੀ ਹੈ, ਚੁਣ ਚੁਣ ਸੱਤਰ ਮਾਰੇ ਮਾਰੀ ਹੈ। ਆਫਾਤ ਦੇ ਮੁਜੈ ਉਭਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂੰ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਝ ਜੋ ਕਰੀਓ ਰੱਛਾ। ਰਾਖ ਲਿਓ ਰਾਖਨਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੀ ਹੰਤਾ, ਤੁਮ ਹੋ ਪ੍ਰੀ ਚਤੁਰ ਦੁਸਕੰਤਾ। ਕਾਲ ਪਾਏ ਬ੍ਰਹਮਾ ਬਧਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਵਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕਿਆ ਤਮਾਸਾ। ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੋਤੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵਤੈ ਤੇ ਜਚਨ ਉਪਜਾਇਓ। ਆਦਨ ਤੇ ਕਹਿ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ। ਨਮਸਕਾਰ ਤਸੀਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲਮੋ ਵਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰਿਆ ਸਥੁੱਲਾ, ਸੱਪਰ ਕਿਰਪਾ ਦੁਸ਼ਕਰ ਫੁੱਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਾਬੂਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬਧੀ ਅਪਾਰਾ। ਜਬ ਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇ ਤਰਸਬ ਹੂੰ। ਜੇਤੇ ਬਦਨ ਸਿਰਠ ਸਭ ਧਾਰੈ, ਆਪ ਆਪਣੀ ਬੋਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰ ਆਲਮ। ਨਿਰੰਕਾਰ ਨਿਰਵਕਾਰ ਨਿਰਲੰਬ, ਆਦਨੀ ਲਨਾਦ ਸੰਭਤਾ ਕਾ ਮੂੜ ਉਚਾਰਤ ਭੇਦਾ। ਜਾਂ ਕੋ ਭੇਵ ਨ ਪਾਵਤ ਬੇਦਾਂ, ਤਾਂ ਕੋ ਕਿਰਪਾ ਹਨ ਅਨੁਮਾਨਤ। ਮਹਾ ਮੂੜ ਕਿਛ ਭੇਦ ਨ ਜਾਣਤ, ਮਹਾਦੇਵ ਕੋ ਕਹਿ ਸਦਾ ਸਿਵ। ਨਿਰੰਕਾਰ ਕਾ ਚੀਨਤ ਨੈ ਪਿਵ, ਆਪ ਆਪਣੀ ਬੁਧ ਹੈ ਜਿੱਤੀ। ਬਰਣਤ ਭਿੰਨ ਭਿੰਨ ਤੁਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ।
ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਈ ਭੂਪਾ ਅੰਡਜ ਜੇ ਰਸੇ ਤਜਕੀਨੀ ਤੁਭਜ ਖਾਨ ਬਹੁਰ ਰਚਦੀਨੀ ਕਉਂ ਫੁੱਲ ਰਾਜਾ ਹੋ ਬੈਠਾ ਕਉਂ ਸਿਮਟ ਪਿਓ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਭਵ ਆਤ ਜੁਗਾ ਸਰੂਪ ਸੁਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗ ਰਹੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣਘਾਤਾ ਜੇ ਅਦੁਤ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਥਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤਿਆ ਹੈ ਤਾਂ ਕਿ ਕਾਲ ਨਿਕਟ ਨ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਰਹੀ ਤਤਕਾਲਾ ਕਿਰਪਾ ਦੁਸ਼ਟ ਤਨ ਜਾਏ ਨਿਹਰ ਹੋ ਤਾਂ ਕਿ ਤਾਪ ਤਨਕ ਮੋਹ ਹਰਿ ਹੋ ਰਿਧ ਸਿਧ ਖਰਮੋ ਸਭ ਹੋਈ ਦੁਸ਼ਟ ਛਾ ਚੁਐ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਂ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇ ਰਖਾ ਖੜਕੀ ਤੁਮੈ ਸਰਣ ਤਿਹਾਰੀ ਆ ਫਾਤ ਦੇ ਲਿਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਈਆ ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਮਾਂਗ ਤੇਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਅਹਿਮਤ ਏਕ ਨਾਮ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬੋ ਭੇਦ ਕਹੈਂ ਹਮ ਏਕ ਨਾ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੂ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛੱਡ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਦੋਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਣਾ ਸਵਨਾ ਗੱਲਾਂ ਸਿਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਕਰਤਾ ਤੀਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਬਦਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਸਵ ਤਿਤ ਕਰ ਸਵਾਗੈ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਸ ਕੋਹੁਆ ਤਿਦਗਰ ਅਨਹਦ ਵਾਜੇ ਅਨਦ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹਿਲਾ ਪੰਜਵਾਂ ਹਾਲ ਵਿੱਚ ਤਿੰਨ ਵਸਤੂ ਪਈਓ ਸਤਸੰਤੋਖ ਵਿਚਾਰੋ
अमृत नाम ठाकुर का पयो, जिसका सबस आधार हो, जे को खावे जे को पंचै तिसका होए उधारो। एह वस्त तजी न जाई, नित नित रखुर धारो। तम संसार चरण लगतरी है, सब नानक ब्रह्म पसारो। श्लोक महला पंजवा। तेरा किता जा तो नाही मैनु जो कितोई, मैं निर्गुण आरे को गुण नाही, आपे तरस पयोई। तरस पया मेरा अमत होई, सतगुरु सज्जन मिलया। नानक नाम मिलै ता जीवा, तन मन थीवै हरिया। ओड़ी तिथे तू समरथ, जिथे कोई नाहे, उथै तेरी रख अग्नि उदर माहे। सुन कै जमकै दूत, नाय तिरै छड़ जाहे। भौजल विखम सगाह, गुरशब्दी पार पाहे। जिनको लगे प्यास, अमृत से खाहे। कल मैं एहो पुन गुण गोविंद गाहे। सबसे नो कृपाल समाले, साहे साहे। बिरथा कोई न जाए, जे आवै तुद आहे। श्लोक महला पंजवा। अंतर गुर आराधना, जीवा जब गुर नाओ। नेत्री सतगुर पेखना, सरवनी सुनना गुर नाओ। सतगुर से तीरते आंद्र गै पाइए ठाओ। कहु नानक कृपा करे, जिसनो एह वथ दे। जब मैं उत्तम काटी है, विरले कई कई महला पंजवा। रखे रखन हारा पुबारियन, गुर की पैरी पाए का सवारियन। हो आप दयाल मनो ना विसारियन, साध जना के संग भौजल तारियन। साकत निंदक दुष्ट, खिन माहे बिदारियन। तिस साहिब की टेक, नानक मन माहे। जिस सिमरत सुख हुए, सगले दुख जाहे। इस साहिब की टेक, नानक मन माहे। जिस सिमरत सुख हुए, सगले दुख जाहे। वाहिगुरु जी का खालसा, वाहिगुरु जी की फतेह। तो ठाकुर तुम पै अरदास, जियो पिंड सब तेरी रास। तुम मात पिता हम बारक तेरे, तुमरी कृपा मैं सुख कनेरे। कोई न जाने तुमरा अंत, ऊंचे ते ऊंचा भगवंत। सगल समग्री तुमरे सुतर तारी, तुम ते होए सुवाग्याकारी। तुमरी गत मित तुम ही जानी, नानक दास सदा कुर्बानी। बोलो जी वाहिगुरु। अरदास इको ओंकार। श्री वाहिगुरु जी की फतेह। श्री भगवती जी सहाय। वार श्री भगवती जी की पातशाही। दसवीं प्रथम भगवती समरकै। गुरु नानक लई त्याए, फिरंगद गुर ते अमरदास। रामदास हुई सहाय, अर्जन हर गोबिंद नो सिमरो श्री हर राय। श्री हर कृष्ण त्याई है, जिरठे सब दुख जाए, तेग बहादुर सिमरै। करनो नदयावै ताए, सब थाई हुई सहाय। दसवें पातशाह
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਾਹਿਬ ਦੱਸਾਂ ਪਾਤਸ਼ਾਹਾਂ ਦੇ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਸਤਿਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਜੀ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਬਿਰਥ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਹਾ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਧਰ ਰੱਖਾ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਸਤਿਗੁਰੂ ਜੀ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਪੰਥ ਨੂੰ ਬਖਸ਼ੋ ਜੀ। ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਉਟੀਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਵਿੱਤਰ ਪਾਵਨ ਚਰਣਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜੀ। ਸੰਧਿਆ ਵੇਲੇ ਦੇ ਦੀਵਾਨ ਸਜੇ ਹਨ ਆਪ ਜੀ ਦੇ ਲਾਹੀ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਬਾਣੀ ਦੇ ਪਾਠ ਕਰਦੇ ਹਾਂ ਸੇਵਾ ਨਿਭਾਉਂਦੇ ਹਾਂ ਬੇਨਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਜੀ। ਅੱਗੇ ਤੋਂ ਬਾਣੀ ਸ਼ੁੱਧ ਅਤੇ ਸਪੱਸ਼ਟ ਪੜ੍ਹਨ ਦੀ ਸਮਤ ਬਖਸ਼ਣੀ ਬਾਣੀ ਨਾਲ ਪਿਆਰ ਬਖਸ਼ਣਾ। ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਪੜ੍ਹੀ ਸੁਣੀ ਬਾਣੀ ਦੇ ਭਾਵ ਸੰਗਤਾਂ ਦੇ ਬੱਚਿਆਂ ਦੇ ਹਿਰਦੇ ਵਿੱਚ ਵਸਾਵਣੇ ਜੀ। ਸਮੂਹ ਸੰਗਤ ਦੀ ਹਾਜ਼ਰੀ ਆਪਣੇ ਚਰਣਾਂ ਵਿੱਚ ਪ੍ਰਵਾਨ ਕਰ ਲੈਣੀ ਪਵਿੱਤਰ ਹੁਕਮਨਾਮੇ ਦੀ ਬਖਸ਼ ਦੁਆਰਾ ਕਿਰਤਾਰਥ ਕਰੋ ਜੀ। ਪਵਿੱਤਰ ਹੁਕਮਨਾਮੇ 'ਤੇ ਚੱਲਣ ਦੀ ਸਮਤ ਪ੍ਰਦਾਨ ਕਰਨੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਇੱਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੇਸਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ। ਬਿਨ ਸਤਿਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਗਵਾਏ। ਦੂਜੈ ਭਾਏ ਅਤ ਦੁੱਖ ਲੱਗਾ ਮਰ ਜੰਮੈ ਆਵੈ ਜਾਏ। ਬਿਨ ਸਤਿਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਗਵਾਏ। ਦੂਜੈ ਭਾਏ ਅਤ ਦੁੱਖ ਲੱਗਾ ਮਰ ਜੰਮੈ ਆਵੈ ਜਾਏ। ਵਿਸ਼ਟਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਏ। ਨਾਨਕ ਬਿਨ ਨਾਵੈ ਜਮ ਮਾਰਸੀ ਅੰਤ ਗਿਆ ਪਛਤਾਏ। ਮਹਲਾ ਤੀਜਾ। ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਸਭ ਘੱਟ ਭੋਗਵੈ ਅਲਿਪਤ ਰਹਿ ਅਲਖ ਨਾ ਲੱਖਣਾ ਜਾਈ। ਗੁਰਪੁਰੈ ਵੇਖਾ ਲਿਆ ਸਭ ਦੇ ਸੋਝੀ ਪਾਈ। ਪੁਰਖੈ ਸੇਵੈ ਸੇ ਪੁਰਖ ਹੋਵੈ ਜਿਨੀ ਹੋਮੈ ਸਬਦ ਜਲਾਈ। ਤਿਸਕਾ ਸਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ। ਨਿਚਲ ਰਾਜ ਹੈ ਸਦਾ ਤਿਸਕੇਰਾ ਨਾ ਆਵੈ ਨਾ ਜਾਈ। ਅਨਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ। ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ। ਜਿਨਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤਿਨਕੋ ਰੱਖਣ ਹਾਰਾ। ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਿਖਾਈ ਮਿੱਤਰ ਹਮਾਰਾ। ਹਰ ਨਾਵੈ ਨਾਲ ਗੱਲਾਂ ਹਰ ਨਾਵੈ ਨਾਲ ਮਸਲਤ। ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ। ਹਰ ਨਾਮ ਕੁਲ ਹਰ ਨਾਮ ਪਰਵਾਰਾ। ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ। ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ। ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਸਤਿਸੰਗ ਜੀਓ, ਸੰਧਿਆ ਵੇਲੇ ਗੁਰਚਰਨਾਂ ਦੇ ਨਾਲ ਜੁੜ ਬੈਠੇ ਹੋ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ, ਅਜੇ ਦਾਸ ਦੀ ਆਵਾਜ਼ ਪੂਰੀ ਤਰ੍ਹਾਂ ਠੀਕ ਨਹੀਂ ਹੈ। ਉਸ ਤਰ੍ਹਾਂ ਮੈਂ ਠੀਕ ਹਾਂ ਪਰ ਥਰੋਟ ਦੇ ਵਿੱਚ ਥੋੜ੍ਹੀ ਡਰਾਈਨੈਸ ਹੈਗੀ ਹੈ। ਸੋ ਭਾਈ ਪ੍ਰੇਮ ਸਿੰਘ ਜੀ ਕੰਟੀਨਿਊ ਆਪ ਜੀ ਨੂੰ ਗੁਰਮਤਿ ਵਿਚਾਰਾਂ ਹੁਣ ਭਾਸ਼ਾ ਇੰਡੋਨੇਸ਼ੀਆ ਦੇ ਵਿੱਚ ਸਰਵਣ ਕਰਾਉਣਗੇ। ਤਾਂ ਔਰ ਬੜੇ ਪਿਆਰ ਨਾਲ ਆਪਾਂ
ਬਸ ਇੰਡੋਨੇਸ਼ੀਆ ਦੇ ਵਿੱਚ ਗੁਰਮਤਿ ਵਿਚਾਰਾਂ ਭਾਈ ਪ੍ਰੇਮ ਸਿੰਘ ਜੀ ਪਾਸੋਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੁਰੂ ਭਾਈ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾ ਬਰਸ਼ਕੁਰ ਪ੍ਰਤਿਮਾ ਕਾਸੀ ਕਪਾਦਾ ਗੁਰੂ ਮਹਾਰਾਜ ਦਪਾਤ ਕੁੰਪੁਰ ਸਾਤੂ ਦੀ ਦਾਲਮ ਸਾਧ ਸਿੰਘ। Mari kita satukan hati dan pikiran kita untuk memahami apa yang diajarkan oleh Guruji melalui hukum nama pada hari ini ditulis oleh Guru ketiga tentang Sahib Sri Guru Amartas Ji dalam Angga 591. Guruji melalui hukum nama pada hari ini bersabda, Seluk Mahla Tija Bena Satugur Sewe Jagata Mua. Tanpa melayani, tanpa mengikuti, tanpa melaksanakan apa yang diajarkan oleh guru, Guru Bani bilang, Guru Amar Das Ji bilang, maka jagat orang-orang di dunia ini akan mengalami kematian. Satu maut. Yang sudah beberapa kali juga kita singgung, yaitu kematian jiwanya ini seolah-olah mati. Apanya mati? Kebahagiaannya mati dari dalam dirinya, kesukacitaan, keceriaan. Sewa, melayani, mengikuti itulah sumber dari kebahagiaan. Inilah yang dipercayai ya, oleh para sikhnya guru, oleh muridnya guru. Orang di luar sana bisa punya kepercayaannya masing-masing ya. Aku melakukan ini, aku bahagia. Aku melakukan itu, aku bahagia. Tapi Guruji bilang, sebenarnya ya, dan itu bagi kita sih adalah tuntunan hidup yang harus kita pahami. Orang bisa bahagia kalau dia mau melakukan siwa. Dia mau melakukan pelayanan. Pelayanan tanpa pamrih, tanpa mengharapkan imbalan. Nah itulah yang disebut siwa. Dia melayani dengan tulus ikhlas tanpa ada maksud apa-apa. Itulah sumber dari kebahagiaan hakiki, kebahagiaan yang sebenarnya. Ketika orang berbuat baik, nah pada saat itulah orang akan bahagia. Ketika dia berbuat baik, ketika dia mau menolong, mau melayani, mau membantu, berguna hidupnya ini bagi orang lain. Nah tujuan kita ke dunia ini yaitu itu tadi, menurut bilang wajib dunia, sewa kemaya. Kemaya artinya menjalankan. Tidak cukup juga hanya sampai diomong-omongkan saja. Hanya sekedar wacana, hanya sekedar rencana, hanya sekedar cita-cita aja dia mau melakukan sewa, tapi nggak dilakukan. Sama aja bohong. Kemaya artinya lakukan. Itulah tujuan manusia itu lahir itu. Kata Gurbani. WC dunia, WC artinya di dalam. Dunia ini ya, dunia ya. Kita lahir ke dalam dunia untuk apa? Sewa, sewa kemari yang melakukan sewa. Melayani, membantu, menolong, melayani guru, mengikuti nasihat guru. Itulah termasuk dalam aspek. Guru ki tehel, guru ki sewa ya. Ada yang bertanya sama guruji, apa sewa paling hebat? Paling agung lah. Yang bisa dilakukan untuk guru. Guru Bani bilang, sewa yang paling tinggi itu adalah itu. Gurki tehel, guruki sewa, gurki agya panik. Hidup kita sesuai dengan kehendak guru. Maksudnya mendengarkan nasihat guruji, mengikuti nasihat guruji, inilah sewa yang paling utama. Inilah sewa yang paling tinggi. Selama itu kita abaikan, kita ignore. Gak mau kita dengarkan, kita terbuang di dalam rutinitas kehidupan duniawi, mengabaikan aspek ini tadi, maka sepanjang hidup ini akan banyak sekali kedukaan yang buat pikiran sengsara, hati menderita dan tidak tenang. Hanya contoh lah, mungkin supaya lebih bisa paham ya. Ketika ada kita menemukan dompet. Dompet orang kita dapat, kita lihat di dalamnya ada ID card, kita lihat di situ ada alamatnya,
antarkan itu ke tempat yang punya, balik dari tempat tadi apa yang orang katakan, apa yang ada di dalam diri orang yang melakukan itu tadi. Wahai pikiranku, inilah tugas sebagai kemanusiaan sudah kita tunaikan, kebahagiaan lahir di situ. Nah, orang sikh itu terkenallah seperti itu dia. Dengan sewanya, dengan perbuatan baiknya. Ada di berita di, kalau nggak salah saya lupa, di Kanada apa di Amerika. Ada seorang sikh, dia bekerja sebagai supir taksi. Nah, kemudian di dalam kendaraannya itu tertinggallah dompet si orang bule itu. Dia antarkan ke rumahnya. Dia tahu tinggal, dia ketinggalan dompetnya, dia tahu itu, dia lihat. Kemudian dia antarkan ke rumah. Sampai di rumah bule tadi bilang, ini mau kasih berapa dolar untuk 10, 15 sebagai ucapan terima kasih. Kata orang sikh tadi, ucapkan terima kasih, apresiasi kalau aku melakukan satu hal yang beda. Yang aku lakukan sekarang ini bukan satu hal yang beda, bukan satu hal yang luar biasa, tapi kewajiban. Kewajiban untuk melayani sesama, membantu sesama, menolong sesama, berbuat baik bagi sesama, ini kewajiban. Sehingga kau nggak perlu ucapkan terima kasih, kau nggak perlu kasih uang 10-15 dolar ini, nggak usah, masuk berita di foto. Inilah, dari situlah kebahagiaan tadi itu diperoleh, itu contoh. Tapi sebaliknya, kalau tadi dapat, kemudian orang ambil, orang masukkan kantongnya, itu hatinya nggak akan tenang. Pikirannya nggak akan bahagia seperti itu. Nggak akan ada kedamaian. Guruji bilang, tanpa mengikuti nasihat guru, tanpa melayaninya, kita mengalami kematian rohania, dirtha jena mengguai. Hidup berlalu sia-sia. Hidup ini jadi tidak ada manfaatnya. Birth artinya sia-sia. Nggak ada gunanya hidup manusia itu. Kita udah berapa kali bahas ya. Kalau kita hidupnya hanya untuk diri kita sendiri saja, maka kita sudah gagal sebagai manusia. Karena apa? Kalau hidup untuk diri kita sendiri saja, itu namanya hidupnya binatang. Hidupnya hewan. Hewan itu dia hidup untuk dirinya sendiri. Bahkan ya, lebih daripada itu, ada hewan-hewan tertentu yang dia juga hidupnya ini dia pakai untuk membantu kita. Sapi buat bajak sawah, dia bekerja, dia melakukan sewa terhadap manusia ya, kita nggak kasih gaji sama dia. Dia membantu kita terus ikhlas. Gajah dijadikan sebagai alat transportasi. Dan begitu banyak lagi hewan-hewan lainnya yang mereka itu hidupnya bukan untuk dirinya sendiri, tapi untuk orang lain. Nah, manusia kalau dia hidupnya untuk diri sendiri, Gurbani bilang, ngapainlah dia lahir sebagai manusia? Lahir aja sebagai hewan-hewan. Jadi binatang aja, nggak usah jadi manusia. Kalau mau hidupnya untuk dirinya sendiri. Gurbani bilang, saya bilang, pe pariu pesua jun soyo manuk janam hai hariu. Orang memikirkan perutnya sendiri, dia pe pariu, dia isi perutnya sendiri, dia pikirkan dirinya sendiri, pesua jun soyo, kemudian dia bermalas-malas, mengabaikan yang lainnya, enggak mau mendengarkan nasihat Gurbani, enggak mau berbuat baik. Menuk janama hai hariyo, maka manusia tadi berarti telah gagal dalam manusia janama. Dalam kehidupannya sebagai manusia dia udah gagal. Sebab apa? Kodratnya tadi Guruji kan bilang, tujuan kita ini bukan untuk hidup diri kita sendiri, tapi untuk melayani. Untuk saling menolong, saling membantu. Itu tujuannya, berbuat baik. Yang mana dari situ kita justru hidupnya tambah senang. Semakin banyak orang berbuat baik dengan tulus ikhlas tanpa pamrih, tanpa mengharapkan imbalan,
semakin orang itu hidupnya senang, bahagia. Udahlah hidupnya bahagia, Guruji bilang kehidupannya sebagai manusia itu juga sukses. Berarti dia memang memenuhi misinya. Udah nggak gagal, kita ini sebagai manusia bukan manusia yang gagal, tapi manusia yang udah menjalankan misi. Dujaya pai atau dukhalaga marjame awai jai. Sementara orang yang memiliki dualitas di dalam pikirannya itu akan sangat menderita. Bagaimana contohnya? Dualitas ini maksudnya apa? Ada orang misalnya contohnya yang dia ada anak misalnya. Dia mau pintar. Dia mau dapat nilai bagus. Dia mau lulus ujian. Dia mau jadi juara. Dia mau itu. Tapi di sisi lain, dia tidak mau belajar. Dia tidak mau mengerjakan PR. Dia nggak mau buka bukunya untuk memperdalami materi. Ini dualitas ya. Di satu sisi dia maunya itu, tapi di sisi lain dia mengarah ke yang lain. Bercabang. Ada orang bilang, dia apa namanya, mau sehat. Tapi dia nggak mau olahraga. Dia nggak mau jaga pola makannya. Dia nggak mau perhatikan waktu istirahat. Dia maunya sehat. Dia maunya ke sana. Tapi dia mengarahnya ke yang lain. Ini mendua. Nah, selama ini mendua seperti ini, kita maunya apa tapi yang kita lakukan apa, maka selama itu pula, kita akan, Guruji bilang, ateduka lega. Mengalami kedukaan yang teramat sangat. Karena kita maunya itu. Tapi yang kita lakukan sebaliknya. Maka yang kita dapatkan apa? Sebaliknya. Maka apa kita? Kalau kita dapatkan sesuatu yang tidak seperti yang kita maui, maka kita menderita. Atau dukkha, sengsara. Maunya apa, dapatnya apa. Nah, tapi ketika sudah selaras ya, kita maunya itu, kita berbuatnya itu. Maka dari situlah rasanya akan kenikmatannya itu bisa dirasakan, diperoleh. Manusia mau bahagia. Ya, Gurbani bilang siapa orang yang mau menderita sengsara? Semuanya mau bahagia, tapi dia mau bahagia, bahagia hakiki, bahagia sejati, bahagia yang benar-benar senang. Tapi di satu sisi lain, dia nggak mau melayani Guruji, dia nggak mau berbuat baik, dia nggak mau melakukan sewa, dia nggak mau menolong, dia nggak mau membantu orang. Bagaimana dia bisa bahagia? Dia justru tambah menderita. Karena dia pengennya bahagia, dia lakukan lain, bahagianya dia nggak dapat, dia tambah sengsara. Ini tambah menderita. Atau dukkha laga marjame awajai. Akhirnya mengabaikan nasihat guru ini, kita justru akan terjebak di dalam reinkarnasi yang tidak ada habis-habisnya. Pikiran ini lahir dan mati berulang kali di dalam ketidakbaikan, di dalam keburukan, di dalam kenegatifan. Ini pikirannya bolak-balik terus-menerus bereinkarnasi. Ya, pikirannya bereinkarnasi, kadang-kadang sifat lembu lahir dalam dirinya, kadang-kadang sifat gedar, sifat keledai lahir dalam dirinya, kadang-kadang sifat dogi lahir dalam dirinya, kadang-kadang sifat ular lahir dalam dirinya, kadang-kadang sifat babi lahir dalam dirinya. Gurbani kan bilang ya, antaka lachmi simre asi cinta mehji mare, dan seterusnya. Apa yang di pikiran kita ini, ya itu berarti pikiran kita bereinkarnasi. Bereinkarnasi nggak ada habis-habisnya. Nggak ada habis-habisnya. Marjame, mengikuti nasihat Guruji, dibebaskan kita dari reinkarnasi pikiran tadi. Kita terbebas dari kenegatifan, bedetir lucen, te narmukta, pitam berwake, agar terlucin jibunya sebetul, bilang kalau orang mempersemayamkan Tuhan dalam dirinya, apa yang diajarkan Bani dalam dirinya, agar terlucin bilang, orang tadi akan terselamatkan.
dari reinkarnasi tadi, pikiran jahat yang terus-menerus berulang-ulang dalam wujud berbeda-beda lahir dalam pikirannya, sifat-sifat hewani tadi yang saya kira juga pernah kita bahas itu. Ular berarti dia melilit hal-hal duniawi pikirannya. Kemudian keledai, yaitu bodoh tapi sombong, yaitu sifat keledai. Lembu, pemalasnya. Apa lagi? Banyak itu sifat-sifat itu di dalam bani di dalamnya. Vespa andarwas, fir junni pak. Mengabaikan bani, seseorang itu akan hidup di dalam tempat sampah. Nah, kita lihat kalau orang normal ya. Orang normal secara pikiran, secara kesehatan, secara kehidupannya normal, dia akan menjauhi yang namanya tempat sampah. Kalau bisa dekat-dekat pun nggak mau. Jauh-jauh aja. Karena kita tahu apa? Itu sampah. Kalau orang nggak normal, entah pikirannya sakit, kita bilang orang gila, atau memang dia sedemikian di dalam kemiskinannya sampai-sampai dia harus kemudian mengais-ngais tempat sampah. Dalam hal itu, kalau manusia yang biasa kan menjauhi tempat sampah. Nah, tapi pikiran ini, Gurbani bilang, dia justrunya senangnya itu tinggalnya di tempat sampah. Sampah apa? Sampah keburukan. Sampah ketidakbaikan, nafsu, amarah, keterikatan, keserakahan, kesombongan, dan kawan-kawannya, kebencian, iri hati, dengki, dan seterusnya itu ya. Nah, di dalam itu pikiran ini suka. Jadi ada dua hal. Mengapa itu terjadi? Pikiran kita suka di sana. Pertama, karena pikiran kita ini tadi berpisah dengan bani, menjadi gila. Nah, kata Gurbani itu ya, orang berpisah dengan bani, pikirannya ini jadi enggak ini lagi. Jadi enggak jelas, jadi enggak stabil dia. Atau kedua, memang pikiran kita ini miskin akan kebaikan. Nah, jadilah tinggalnya itu di tempat sampah keburukan. Yang tadi kita lihat ya, pemulung, entah apa-apa yang memang secara ekonomi tidak begitu beruntungnya, dia tinggalnya di situ. Pikiran kita miskin akan kebaikan, ya tinggalnya dia di dalam tempat sampah juga. Sampah ketidakbaikan, sampah keburukan, sampah ketidakjujuran. Ya, ketidakjujuran misalnya orang-orang para pelajar, mahasiswa-siswi itu, dia menyontek dalam ujian, mengcopy pekerjaan orang lain. Nah, itu berarti pikirannya tinggalnya di dalam tempat sampah. Gurbani, sampah ketidakjujuran, sampah ketidakbaikan. Nah, neke binenawe jama marsi antelea pecuta. Tanpa nam, tanpa nasihat Gurbani, maka kebaikan akan mati dalam diri kita. Kebahagiaan akan mati dalam diri kita. Malaikat maut berupa keburukan akan menguasai pikiran kita. Dan pada akhirnya, orang hanya akan menyesal. Menyesali perbuatan. Karena apa yang dia lakukan itu enggak bagus, dia baru sadari belakangan. Yang dia lakukan itu enggak ada gunanya, enggak ada manfaatnya, dia baru sadari itu belakangan. Nah, nasihat Bhagat Friji, itu sadari dari awal perbuatan mana yang punya manfaat, perbuatan mana yang tidak bermanfaat, kenali dari awal. Yang tidak bermanfaat jangan dilakukan, yang tidak membawa faedah, yang enggak bagus, yang enggak baik, karena apa? Akan menyesal di kemudian hari. Frida, jini kami nahi guna, te kamare bisar, maka lupakanlah perbuatan itu. Nasihat Bhagat Friji. Supaya kita enggak menyesal nih di kemudian hari. Karena penyesalan itu datangnya di kemudian hari atau setelah dilakukan. Oh ya, kenapa ya tadi aku marah, mengucapkan hal-hal yang kemudian belakangan kita sendiri menyesal, kenapa mengucapkan itu? Kenapa aku melakukan itu? Belakangan.
dan perbuatan nggak baik itu buat kita jadi kehilangan kehormatan. Mata sermendaki bagi saide darbar. Janganlah karena perbuatan nggak bagus, perbuatan yang nggak ada manfaatnya tadi, kita memperoleh syarminda, malu. Di darbar, di dunia ini kita jadi malu karena perbuatan kita. Jangan sampai itu terjadi. Sehingga di kemudian hari, kita tidak akan menyesal. Kira-kira itulah salah senggaji hukam nama pada hari ini. Semoga dapat bermanfaat. Kita semua tidak bosan-bosannya kami terus mengingatkan 17 Agustus. Ini akan ada perayaan. Salah senggeji dimohon untuk dapat berpartisipasi. Selamat berakhir pekan. Apabila ada kesalahan, mohon dimaafkan. Wahai guru jika kesal. Wahai guru jika fatih.